ਧੰਨ ਗੁਰੂ ਰਾਮਦਾਸ ਜਿਨ ਸਿਰਿਆ ਤਿਨੇ ਸਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਵੇਲੇ ਖੜ੍ਹੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਰਸਾਈ ਧਰਤੀ ਅੰਮ੍ਰਿਤਸਰ ਦੇ ਵਿੱਚ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨਾਂ ਦੀ ਰਿਹਾਇਸ਼ 'ਤੇ, ਜਿੱਥੇ ਕਿ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸੁਸ਼ੋਭਿਤ ਹੈ। ਆਓ ਚੱਲਦੇ ਹਾਂ ਅਤੇ ਕਰਦੇ ਹਾਂ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਹਨ ਅਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਬਾਬਾ ਅਟਾਲ ਰਾਏ, ਬਾਬਾ ਅਣੀ ਰਾਏ, ਬਾਬਾ ਸੂਰਜਮਲ ਜੀ, ਬੀਬੀ ਵੀਰੋ ਜੀ, ਇਹਨਾਂ ਦਾ ਪ੍ਰਕਾਸ਼ ਸਥਾਨ ਇੱਥੇ ਹੈ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਹੈ। ਧੰਨ ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦਾ ਘਰ, ਇੱਥੇ ਸਤਿਗੁਰਾਂ ਦੇ ਚਰਨ ਪਏ ਹਨ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਣ ਕਰਕੇ ਦਿੱਲੀ ਦੀਆਂ ਸੰਗਤਾਂ, ਸਰਬੱਤ ਸੰਗਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਹੇਠੇ ਦਾ ਪ੍ਰਬੰਧ ਚੱਲ ਰਿਹਾ ਹੈ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਅਪ੍ਰੈਲ ਦੇ ਵਿੱਚ ਅਤੇ ਸ਼ਹੀਦੀ ਦਿਹਾੜਾ ਦਸੰਬਰ ਦੇ ਵਿੱਚ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ। ਸੰਗਤਾਂ ਦੇਸ਼ਾਂ ਵਿਦੇਸ਼ਾਂ 'ਤੇ ਚੱਲ ਕੇ ਇੱਥੇ ਹਾਜ਼ਰੀਆਂ ਭਰਦੀਆਂ ਹਨ ਅਤੇ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਉਹਨਾਂ ਨੂੰ ਬੇਨਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰੇ ਸਾਹਿਬ ਗੁਰੂ ਬਾਜ਼ਾਰ ਤੋਂ ਲਾਗੇ ਲੰਘ ਕੇ ਸਿਰਫ 5 ਮਿੰਟ ਦਾ ਰਸਤਾ ਹੈ, ਇੱਥੋਂ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਜਾਣ, ਆਪਣੀਆਂ ਝੋਲੀਆਂ ਭਰਨ। ਸਰਬੱਤ ਸੰਗਤਾਂ ਨੂੰ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। से आए हैं तो आज कल गुरु रामदास जी का अवतार पूरा है, तो इसलिए हम लोग दर्शन करने आए हैं। तो हमें बहुत अच्छा लग रहा है, हम लोग विद फैमिली आए हैं, बहुत इंजॉय कर रहे हैं, बहुत शांति मिलती है इधर आके। वाहिगुरु जी का खालसा, वाहिगुरु जी की फतेह। असी जलंधर तो आए हैं श्री गुरु रामदास जी के अवतार पूर्व दियाँ खुशियां नू लै करके मत्था टेकते हैं। शांति बहुत मिलती है, बहुत खुशी हुई कि असी इस जगह पर आए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਅੱਜ ਅਸੀਂ ਗੁਰਦੁਆਰਾ ਗੁਰੂ ਕੇ ਮਹਿਲ ਜੋ ਕਿ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ, ਇਹ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਹਿਣ 'ਤੇ ਵਸਾਇਆ ਸੀ। ਜਦੋਂ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਤਾਂ ਜਿਹੜਾ ਮੁੱਢ ਰੱਖਿਆ ਗਿਆ ਸੀ, ਅੰਮ੍ਰਿਤਸਰ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਇਸ ਸਥਾਨ 'ਤੇ ਰੱਖਿਆ ਗਿਆ ਸੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਸਥਾਨ 'ਤੇ ਆ ਕੇ ਉਹਨਾਂ ਨੇ ਮੋਹਰੀ ਗੱਡੀ ਅਤੇ ਬਾਅਦ ਵਿੱਚ ਫਿਰ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰੇ ਦੀ ਸਥਾਪਨਾ ਸ਼ੁਰੂ ਕੀਤੀ। ਇਸ ਸਥਾਨ 'ਤੇ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਲੈ ਕੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਰੇ ਗੁਰੂਆਂ ਦੇ ਚਰਨ ਪਏ ਨੇ। ਪੂਰੇ ਵਰਲਡ ਵਿੱਚ ਵੀ ਜੀ ਇਹੋ ਜਿਹਾ ਕੋਈ ਗੁਰਦੁਆਰਾ ਨਹੀਂ ਜਿੱਥੇ ਗੁਰੂ ਸਾਹਿਬ ਇੰਨਾ ਸਮਾਂ ਰਹੇ ਹੋਣ। ਸਭ ਤੋਂ ਜ਼ਿਆਦਾ ਸਮਾਂ ਗੁਰੂ ਸਾਹਿਬ ਆਪਣੇ ਜੀਵਨ ਕਾਲ 'ਚ 58 ਸਾਲ ਗੁਰੂ ਸਾਹਿਬ ਜੀ ਨੇ ਇਸ ਸਥਾਨ 'ਤੇ ਬਤੀਤ ਕੀਤੇ ਨੇ। ਇਹ ਬਹੁਤ ਹੀ ਪਵਿੱਤਰ, ਬਹੁਤ ਹੀ ਭਾਗਾਂ ਵਾਲੀ ਧਰਤੀ ਹੈ ਅਤੇ ਅਸੀਂ ਆਪਣਿਆਂ ਨੂੰ ਬਹੁਤ ਕਰਮਾਂ ਵਾਲੇ, ਬਹੁਤ ਚੰਗੇ ਕਰਮਾਂ ਵਾਲੇ ਸਮਝਦੇ ਹਾਂ ਕਿ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਅਤੇ ਇੱਥੇ ਸਾਰੇ ਸੇਵਾਦਾਰ ਜੋ ਕਿ 10-15 ਸਾਲ ਤੋਂ ਸਾਰੇ ਜਿੰਨੇ ਵੀ ਯੰਗ ਜਨਰੇਸ਼ਨ ਨੇ ਜ਼ਿਆਦਾਤਰ ਸਾਰੇ ਇੱਥੇ ਵੀਰ, ਸਾਰੇ ਉਮਰਧਾਰੀ ਵੀਰ ਇੱਥੇ ਸੇਵਾ ਕਰਦੇ ਨੇ। ਸਵੇਰੇ 4 ਵਜੇ ਤੋਂ ਸਾਰੇ ਇੱਥੇ ਪਹੁੰਚ ਜਾਂਦੇ ਨੇ ਅਤੇ 8-9 ਵਜੇ ਤੱਕ ਪ੍ਰਸ਼ਾਦਿਆਂ ਦੀ ਸੇਵਾ ਤੱਕ ਸਾਰਾ ਪਕਾ ਕੇ ਅਤੇ ਫਿਰ ਆਪਣੇ ਕੰਮਾਂ ਨੂੰ ਜਾਂਦੇ ਨੇ ਅਤੇ ਇਹੋ ਜਿਹੇ ਵੀਰ ਨੇ ਜਿਹੜੇ ਸ਼ਾਮਾਂ ਨੂੰ ਵੀ ਦੁਬਾਰਾ ਫਿਰ ਇੱਥੇ ਆ ਕੇ ਸੇਵਾ ਕਰਦੇ ਨੇ। ਇਸ ਸਥਾਨ ਦੀ ਇੱਕ ਸਭ ਤੋਂ ਵੱਡੀ ਮਹੱਤਤਾ ਜਿਹੜੀ ਵੀਰ ਜੀ ਪੂਰੇ ਵਰਲਡ ਵਿੱਚ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਅਤੇ ਜਿਹੜਾ ਜਾਣਾ ਚਾਹੀਦਾ ਵਾ, ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਸਥਾਨ ਹੈ, ਇਹ ਸਥਾਨ ਹੈ।
पर साढ़े को इत्थे इन्नियां संगतां नहीं आ रही जो कि एक ही संदेशा यह भी देना चाहते कि सारे पूरे वर्ल्ड में यह पता लगे कि श्री गुरु तेग बहादुर साहब जी ने असी सृष्टि की चादर कहने इस हिंद की चादर नहीं सृष्टि की चादर कहने श्री गुरु तेग बहादुर साहब जी उन्हों का जन्म स्थान है ये पर जिन्ना इस स्थान की वड्याई जिनी इस स्थान का लोगों को पता होना चाहिए सी वो नाम मात्र है तो असं चाहते हैं कि ये मैसेज वो तो पहुँचा कि सारिया संगत जिथे जिथे भी पूरे संसार कोने कोने बैठ के सानू सुन रही ने साड़ी हाथ जोड़ के बेनती है कि इस स्थान के दर्शन करने जरूर आया करो साडा सहयोग दो इतने जिन्हें भी सारे वीर ने ये सारे वीर अपने जिन्हें भी संबंध कड के किरत कमाई के संबंध कड के होर लोग भलाई के काम असं जिन्हें भी चाहते कर सकते हैं जिमें कि अज के समय में सूँ लोड़ है कि इलाज वास्ते हो गया ज एजुकेशन वास्ते असं सारा जो भी अपने सेवा कड के जिनी वध तो वध साडे को हो सकती असी 30-40 सिंह इत्थे हैगे आ जी जिहड़े असी सेवा करदे आ वाहिगुरू जी का खालसा वाहिगुरू जी की फतेह। देखो जी अं करनाल तो रहने वाले हैं, ये जो भी अमृतसर दर्शन करने वास्ते आए दा हरिमंदर साहब ये गुरु के महल और एक गुरुद्वारे होर ने ते ओ दर्शन करके इन्ना आनंद आता है कह नहीं हूँ तो बयान नहीं कर सकते। खालसा वाहिगुरू जी की फतेह। मैं हरप्रीत सिंह अपने परिवार नाल अपने माता जी नाल अपने बच्चे नाल गुरु रामदास जी प्रकाश दिवस से श्री दरबार साहब हरिमंदर साहब मत्था टेकन वास्ते आया हाँ तो असं इतने हर महीने गुरु साहब के हुक्म नाल दर्शन करन आने बहुत अच्छा लगता है बहुत आत्मा नूं शांति मिलती है। खालसा वाहिगुरु जी की फतेह। असी एक साल तक लगातार आंदे रहे सानू बहुत ही अच्छा लगा हूँ अपने शरीरिक परेशान होने तो वजह असी हूँ एक साल बाद आए हैं गुरुद्वारे बहुत अच्छा लगता बाबे का घर बहुत सोहना और बहुत प्यारा लगता है। गुरुद्वारा गुरु के महल विखे श्री गुरु रामदास जी ने अपनी उम्र के 58 साल बिताए अते संगत नू धर्म उपदेश भी दिता। उन्हां दे प्रकाश पुरब ते दैनिक सवेरा दी खास पेशकश तुहानू किहो जी लगी फीडबैक जरूर देना। कैमरामैन वरिंदर मेहरा दे नाल सुरुचि गुरुद्वारा गुरु के महल अमृतसर।